ਦੇ ਮਰੀਜ਼ ਦੇਖ ਕੇ ਆਏ ਹਾਂ। ਡੇਂਗੂ ਦੇ ਮਰੀਜ਼ ਹਸਪਤਾਲ 'ਚ ਇੱਕ ਵਾਰਡ 6 ਪਏ ਹੈਗੇ ਨੇ ਔਰ ਦਵਾਈ ਤਕਰੀਬਨ ਸਾਰਿਆਂ ਨੂੰ ਮਿਲਦੀ ਪਈ ਹੈਗੀ ਆ। ਡੇਂਗੂ ਵਾਲਿਆਂ 'ਚ ਕਿਸੇ ਮਰੀਜ਼ ਦੀ ਇਹ ਨਹੀਂ ਸ਼ਿਕਾਇਤ ਮਿਲੀ ਕਿ ਦਵਾਈ ਸਾਡੇ ਕੋਲ ਨਹੀਂ ਹੈਗੀ ਔਰ ਮਰੀਜ਼ ਠੀਕ ਹੋ ਕੇ ਵੀ ਜਾ ਰਹੇ ਨੇ। ਮੁਸ਼ਕਿਲ ਉੱਥੇ ਆ ਰਹੀ ਆ ਵੀ ਜਗ੍ਹਾ ਬੜੀ ਘੱਟ ਆ, ਸਪੇਸ ਬੜੀ ਘੱਟ ਆ। ਜਿੱਥੇ 6 ਮਰੀਜ਼ ਪਏ ਨੇ ਉੱਥੇ ਹਾਰਡਲੀ 3 ਜਾਂ 4 ਮਰੀਜ਼ ਪੈਣੇ ਚਾਹੀਦੇ ਸੀ ਔਰ ਇਹਦੇ ਨਾਲ ਵੀ ਜਿਹੜੀ ਪੇਸ਼ੈਂਟ ਦੇ ਅਟੈਂਡੈਂਟ ਨੂੰ ਮੁਸ਼ਕਿਲ ਆਉਂਦੀ ਹੈਗੀ ਆ। ਔਰ ਜਿੱਥੋਂ ਤੱਕ ਹੋਸਪਿਟਲ ਦੀ ਗੱਲ ਹੈਗੀ ਆ, ਅੱਜ ਜਿਹੜਾ ਸਪੈਸ਼ਲ ਆਉਣ ਦਾ ਮਕਸਦ ਸੀ, ਬੜੀਆਂ ਸਾਰੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਸਨ, ਕੰਪਲੇਂਟ ਸਨ ਹਸਪਤਾਲ ਦੇ ਬਾਰੇ ਜੇ, ਅਤੇ ਖਾਸ ਕਰਕੇ ਕੱਲ੍ਹ ਦੇ ਜਿਹੜੇ ਹਿੰਦੁਸਤਾਨ ਟਾਈਮ ਦੇ ਵਿੱਚ ਖਬਰ ਛਪੀ ਸੀ ਜਿਹਦੇ ਵਿੱਚ ਕਿ ਡੋਪ ਟੈਸਟ ਪੁਲਿਸ ਦੇ ਕੋਈ 23 ਮੁਲਾਜ਼ਮਾਂ ਦੇ ਕਰਾਏ ਗਏ ਨੇ ਜਿਹਦੇ ਵਿੱਚ 23 ਦੇ 23 ਨੈਗੇਟਿਵ ਆਏ ਨੇ। ਡਾਊਟ ਸੀ SSP ਸਾਹਿਬ ਨੂੰ ਵੀ ਇਨਫੋਰਮੇਸ਼ਨ ਸੀ ਵੀ ਇਹ ਸਾਡੇ ਜਿਹੜੇ ਮੁਲਾਜ਼ਮ ਨਾਲ ਕੋਈ ਨਾ ਕੋਈ ਡਰੱਗ ਲੈਂਦੇ ਨੇ। ਉਹਨਾਂ ਨੇ ਫਿਰ ਕਾਊਂਟਰ ਟੈਸਟ ਸਿਵਲ ਹਸਪਤਾਲ ਅੰਮ੍ਰਿਤਸਰ 'ਚੋਂ ਕਰਾਇਆ ਜਿਹਦੇ ਵਿੱਚੋਂ 14 ਜਿਹੜੇ ਨੇ ਪੋਜ਼ਿਟਿਵ ਆਏ ਨੇ। ਬੜੇ ਦੁੱਖ ਦੀ ਗੱਲ ਆ ਔਰ ਸ਼ਰਮ ਵਾਲੀ ਗੱਲ ਆ ਸਾਡੇ ਜ਼ਿਲ੍ਹੇ ਲਈ, ਖਾਸ ਕਰਕੇ ਤਰਨਤਾਰਨ ਦੇ ਲਈ। ਜਦੋਂ ਸਾਡੀ ਸਰਕਾਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਪਿਛਲੇ 3 ਸਾਲ ਤੋਂ ਤਕਰੀਬਨ ਜਦੋਂ ਦੀ ਸਰਕਾਰ ਬਣੀ ਹੈ ਉਹ ਚੱਲੇ ਨੇ, ਉਹ ਲੱਗੇ ਹੋਏ ਨੇ ਕਿ ਡਰੱਗ ਖਤਮ ਹੋਣੀ ਹੈ। ਜੇ ਸਾਡੇ ਹੀ ਜਿਹੜੇ ਹੈਗੇ ਨੇ ਪਬਲਿਕ ਦੇ ਬੰਦੇ, ਡਾਕਟਰ ਜਾਂ ਟੈਕਨੀਸ਼ੀਅਨ ਹਸਪਤਾਲ ਦੇ, ਉਹ ਜਿਹੜੀਆਂ ਫੇਕ ਰਿਪੋਰਟਾਂ ਦੇਣਗੇ, ਚਾਹੇ ਉਹ ਤਰਨ ਤਾਰਨ ਆ, ਚਾਹੇ ਪੱਟੀ, ਚਾਹੇ ਕੋਈ ਵੀ ਆ, ਇਟ ਬਿਲੋਂਗ ਟੂ ਤਰਨ ਤਾਰਨ ਡਿਸਟ੍ਰਿਕਟ। ਅਤੇ ਖਾਸ ਕਰਕੇ ਜਿਹੜਾ ਤਰਨ ਤਾਰਨ ਸਿਵਲ ਹਸਪਤਾਲ ਵਾ, ਇਹਦੇ ਵਿੱਚ ਡੋਪ ਟੈਸਟ ਹੁੰਦੇ ਨੇ। ਔਰ ਪਿੱਛੇ ਕਾਫੀ ਦਿਨ ਪਹਿਲਾਂ ਪੋਸਟਰ ਲੱਗੇ ਸਨ ਬਾਹਰ ਹਸਪਤਾਲ ਦੇ ਬਾਹਰ ਵਿੱਚ ਵੀ ਇੱਥੇ ਡੋਪ ਟੈਸਟ ਜਿਹੜੇ ਨੇ ਪੈਸੇ ਲੈ ਕੇ ਕੀਤੇ ਜਾਂਦੇ ਨੇ, ਇੱਥੇ ਛੱਬੀਆਂ ਜਿਹੜੀਆਂ ਨੇ ਇੰਨੇ ਪੈਸੇ ਲਈ ਕੀਤੀਆਂ ਜਾਂਦੀਆਂ ਨੇ, ਇਹਦੀ ਜਿਹੜੀ ਖਬਰ ਸੀ ਸਾਰੀ ਸੁਣੀ। ਸਪੈਸ਼ਲੀ ਹੈਲਥ ਮਿਨਿਸਟਰ ਸਾਹਿਬ ਨੇ ਗੱਲ ਕੀਤੀ ਸੀ, ਉਹਨਾਂ ਆਪ ਕਿਹਾ ਤੁਸੀਂ ਚੈੱਕ ਕਰਕੇ ਦਿਓ। ਮੈਂ ਅੱਜ ਬੀਇੰਗ ਏ ਰਿਪ੍ਰੀਜੈਂਟੇਟਿਵ ਤੁਹਾਡੇ ਇਲਾਕੇ ਦਾ ਦੇਖਣ ਵਾਸਤੇ ਆਇਆ ਵਾਂ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਕਿ ਡੋਪ ਟੈਸਟ ਜਿਹੜੇ ਹੈਗੇ ਨੇ ਗਲਤ ਤਰੀਕੇ ਨਾਲ ਹੁੰਦੇ ਜਾ ਰਹੇ ਨੇ। ਔਰ ਇਸ ਤੋਂ ਵੱਡੀ ਸਬੂਤ ਨਹੀਂ ਕਿ ਪੁਲਿਸ ਦੇ ਮੁਲਾਜ਼ਮ, ਉਹਨਾਂ ਦੇ ਜਿਹੜੇ ਨੈਗੇਟਿਵ ਕੀਤੇ ਗਏ ਨੇ ਅਤੇ ਇੱਕ ਪਾਸਿਓਂ ਪੋਜ਼ਿਟਿਵ ਆਏ ਨੇ, ਔਰ ਇੱਕ ਦਿਨ ਦੇ ਅਗਲੇ ਦਿਨ ਵਾਸਤੇ ਹੀ ਇਹ ਕਿਤੇ ਨਾ ਕਿਤੇ ਜਿਹੜੀ ਰਿਸਪੋਂਸੀਬਿਲਟੀ ਜਿੱਥੇ ਟੈਕਨੀਸ਼ੀਅਨ ਆ ਉਹਦੇ ਨਾਲ ਡਾਕਟਰਾਂ ਦੀ ਵੀ ਬਣਦੀ ਹੈ ਜਿਹੜੇ ਕਿ ਉੱਥੇ ਤਦਾਦ ਹੁੰਦੇ ਨੇ, ਉਹਨਾਂ ਕਾਊਂਟਰ ਚੈੱਕ ਕਰਨ ਦਾ ਵੀ ਦਿੰਦਾ ਨੇ। ਔਰ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਹੀ ਕਰੂੰਗਾ ਵੀ ਆਪਾਂ ਸਮਾਜ ਦੇ ਸਾਰੇ ਹੀ ਆਪਣਾ ਕੋਈ ਪ੍ਰਾਪਤੀ ਜੇ ਇਸ ਪਾਸੇ ਜਾ ਸਕਦੇ ਨੇ, ਆਪਾਂ ਨੂੰ ਸਾਰਾ ਰਲ ਮਿਲ ਕੇ ਇਹਨੂੰ ਸਮਾਜ ਨੂੰ ਸੁਧਾਰਨਾ ਚਾਹੀਦਾ। ਅਤੇ ਖਾਸ ਕਰਕੇ ਸਿਵਲ ਹਸਪਤਾਲ ਜਿਹੜਾ ਕਿ ਤਰਨ ਤਾਰਨ ਦਾ ਸਭ ਤੋਂ ਵੱਡਾ ਹਸਪਤਾਲ ਆ। ਦੁੱਖ ਵਾਲੀ ਗੱਲ ਇਹ ਵੀ ਮਰੀਜ਼ 2-2 ਘੰਟੇ ਦੇ ਖਲੋਤੇ ਗਏ ਨੇ ਪਰਚੀ ਬਣਾਉਣ ਵਾਸਤੇ। ਇੰਨਾ ਸਟਾਫ ਆ, ਕੋਈ ਨਾ ਕੋਈ ਕਲਰਕ ਬਿਠਾ ਕੇ ਪਰਚੀ ਕੱਟਣੀ ਜਾਂ ਪੈਸੇ ਲੈਣੇ, ਉਹ ਟੈਂਪਰੇਰੀ ਅਰੇਂਜਮੈਂਟ ਹੋ ਸਕਦਾ। ਖਾਸ ਕਰਕੇ ਮੇਰੇ ਨਾਲ ਸਾਡੇ ਜਿਹੜੇ SOM ਨੇ ਗੁਪਤਾ ਜੀ ਖਲੋਤੇ ਨੇ, ਜਿਹੜੇ ਨੇ ਅਸਿਸਟੈਂਟ ਜਿਹੜੇ ਨੇ ਸਿਵਲ ਸਰਜਨ ਡਾਕਟਰ ਕਿਰਨ ਦੇ ਨਾਲ, ਇਹਨਾਂ ਨੂੰ ਬੇਨਤੀ ਕੀਤੀ ਵੀ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਵੂਮਨਸ ਨੇ ਜਿਨ੍ਹਾਂ ਨੇ 1.5-2 ਘੰਟੇ ਖਲੋਣੇ ਨੇ, ਖਾਸ ਕਰਕੇ ਜਿਹੜੇ ਵੈਡਨਸਡੇ ਹੁੰਦਾ ਨੇ ਉਸ ਦਿਨ ਤੁਸੀਂ ਇੱਕ ਕਲਰਕ ਨੂੰ ਹੋਰ ਬਿਠਾ ਦਿਓ ਜਿਹੜੇ ਪਰਚੀ ਛੇਤੀ ਕੱਢ ਲੈਣ। ਔਰ ਇੱਕ ਆਦਮੀ ਨੂੰ, ਬਜ਼ੁਰਗ ਬੰਦੇ ਨੂੰ ਖੜਾ ਹੋਣਾ ਮੁਸ਼ਕਿਲ, ਅਤੇ ਪ੍ਰੈਗਨੈਂਟ ਵੂਮਨ ਜੇ ਕੇ 1 ਘੰਟਾ ਲਾਈਨ 'ਚ ਲੱਗੇਗੀ ਅਤੇ ਦੁੱਖ ਵਾਲੀ ਗੱਲ ਆ। ਔਰ ਖਾਸ ਕਰਕੇ ਸਿਵਲ ਹਸਪਤਾਲਾਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ, ਉਹੋ ਹੀ ਪੇਸ਼ੈਂਟ ਹੁੰਦੇ ਨੇ ਜਿਹੜੇ ਆਰਥਿਕ ਤੌਰ 'ਤੇ ਕਮਜ਼ੋਰ ਹੁੰਦੇ ਨੇ। ਜਿਹੜਾ ਆਰਥਿਕ ਤੌਰ 'ਤੇ ਕਮਜ਼ੋਰ ਨਹੀਂ ਉਹ ਸਿਵਲ ਹਸਪਤਾਲ 'ਚ ਖੜਾ, ਉਹਨੂੰ ਤਿਆਰ ਨਹੀਂ। ਜਿਹੜਾ ਪੈਸੇ ਖਰਚਾ ਸਾ ਉਹ ਜਿਹੜਾ ਪ੍ਰਾਈਵੇਟ ਡਾਕਟਰਾਂ ਕੋਲ ਜਾਂਦਾ ਵਾ। ਅਤੇ ਖਾਸ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਹਿਯੋਗ ਦੇਣਾ ਚਾਹੀਦਾ, ਖਾਸ ਕਰਕੇ ਹਸਪਤਾਲ ਦੇ ਡਾਕਟਰਾਂ ਨੂੰ, ਤਾਂ ਜੋ ਕਿ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਹੈਗੇ ਨੇ ਸਿਹਤ ਸੇਵਾਵਾਂ ਚੰਗੀਆਂ ਮਿਲ ਸਕਣ ਪੰਜਾਬ। ਔਰ ਖਾਸ ਕਰਕੇ ਜਿਹੜਾ ਲੋਕਾਂ ਦੇ ਕੁਛ ਸ਼ਿਕਾਇਤਾਂ ਮਿਲੀਆਂ ਨੇ ਕਿ ਹਸਪਤਾਲ ਦੇ ਅੰਦਰ ਜਿੱਥੇ ਮੈਡੀਕਲ ਡਾਕਟਰ ਬੈਠਦੇ ਨੇ, ਪੇਸ਼ੈਂਟ ਦੇਖਦੇ ਨੇ, ਉਹਦੇ ਨਾਲ ਨਾਲ ਹੀ ਜਿਹੜੇ ਨੇ ਜਿਹੜੇ ਕੋਈ ਡਰੱਗ ਜਿਹੜੇ ਮੈਨੂਫੈਕਚਰ ਨੇ ਉਹ ਬੈਠੇ ਹੁੰਦੇ ਨੇ, ਉਹ ਕਹਿੰਦੇ ਨੇ ਵੀ ਪ੍ਰਾਈਵੇਟ ਜਿਹੜੀਆਂ ਦਵਾਈਆਂ ਲਿਖੋ, ਉਹ ਫਿਰ ਆਣ ਕੇ ਚੈੱਕ ਕਰਦੇ ਨੇ ਵੀ ਦਵਾਈ ਠੀਕ ਦਿੱਤੀ ਕਿ ਨਹੀਂ ਦਿੱਤੀ। ਜੇ ਕਿਸੇ ਨੇ ਸਬਸਟੀਚਿਊਟ ਦਿੱਤਾ ਹੁੰਦਾ ਵਾਪਸ ਕਰਦੇ, ਪੀ ਐੱਸ ਸੀ ਕੰਪਨੀ ਦੀ ਲੈ ਕੇ, ਬੜੀ ਦੁੱਖ ਵਾਲੀ ਗੱਲ। ਮੈਂ ਗੱਲਾਂ ਕਹਿਣਾ ਨਹੀਂ ਚਾਹੁੰਦਾ,
ਸਿਰਫ ਇਸ ਕਰਕੇ ਅੱਜ ਆਇਆ ਸੀ ਵੀ ਇਹ ਜਿਹੜਾ ਸਾਡਾ ਹਸਪਤਾਲ ਜਿਹੜਾ ਸੁਧਰ ਜਾਵੇ ਇਹਦੇ ਬਾਰੇ ਮੈਂ ਜਿਹੜਾ ਸੀ ਐੱਮ ਸਾਹਿਬ ਨੂੰ ਸਾਡੀ ਪਰਸੋਂ ਮੀਟਿੰਗ ਹੈ ਸ਼ੁੱਕਰਵਾਰ ਨੂੰ ਜਾ ਕੇ ਡਿਟੇਲ ਦੱਸਾਂਗਾ ਜਿਹੜੀ ਗੱਲਾਂਬਾਤ ਇੱਥੇ ਆਪਾਂ ਦੇਖੀਆਂ ਸੀ। ਸਭ ਤੋਂ ਪਹਿਲਾਂ ਆਣ ਕੇ ਜਿਹੜਾ ਵਾ ਅਟੈਂਡੈਂਸ ਰਜਿਸਟਰ ਚੈੱਕ ਕੀਤਾ ਵਾ, ਉਹ 'ਚ ਦੇਖ ਲਿਆ ਵੀ ਕਿਹੜੇ ਕਿਹੜੇ ਡਾਕਟਰ ਅੱਜ ਐਬਸੈਂਟ ਹੈਗੇ ਨੇ, ਉਹਦੀ ਫੋਟੋ ਕਾਪੀ ਲੈ ਲਈ ਆ। ਹੈਲਥ ਮਿਨਿਸਟਰ ਨਾਲ ਜਾ ਕੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ 9:15 ਤੱਕ 9:20 ਤੇ ਅਸੀਂ ਪਹੁੰਚੇ, 9:20 ਤੱਕ ਇਹ ਡਾਕਟਰ ਉਸ ਤੱਕ ਨਹੀਂ ਸੀ, ਤਕਰੀਬਨ 6-7 ਡਾਕਟਰ ਨੇ ਜਿਹੜੇ ਉਸ ਤੱਕ ਨਹੀਂ ਪਹੁੰਚੇ।